ਖੋਏ ਚੋਣਾਂ ਜਿਹੜੀਆਂ ਨੇ ਇਹ ਤੈਅ ਕਰਨਗੀਆਂ ਜਿਹੜੇ ਅਗਲੀ ਜਿਹੜੀ ਰਾਜਨੀਤੀ ਹੈ ਉਹ ਲੋਕਾਂ ਦੇ ਮਨ 'ਚ ਕੀ ਸਵਾਲ ਨੇ ਔਰ ਜਿਹੜੇ ਸਵਾਲ ਨੇ ਉਹ ਸਰਕਾਰ ਪ੍ਰਤੀ ਨੇ। ਬਰਨਾਲੇ ਤੋਂ ਤੁਸੀਂ ਸਾਡੇ ਬਹੁਤ ਹੀ ਪਰਮ ਮਿੱਤਰ ਨੇ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ ਜਿਨ੍ਹਾਂ ਨਾਲ ਆਪਣਾ ਬਹੁਤ ਪੁਰਾਣਾ ਰਿਸ਼ਤਾ ਆ, ਸੋ ਇਹਨਾਂ ਦੇ ਪ੍ਰਚਾਰ ਲਈ ਪਹੁੰਚੇ ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਸਾਥੀ ਆਏ ਨੇ ਜਿਵੇਂ ਅਸੀਂ ਅੰਮ੍ਰਿਤਸਰ ਤੋਂ ਆਏ, ਸਾਰਿਆਂ ਨੂੰ ਬਾਹਰ ਕਹਿ ਮਿਲ ਕੇ ਦੇਖੋ ਲੋਕਾਂ ਨੂੰ ਕੀ ਆ ਪਾਵੇ। ਲੋਕ ਜਿਹੜੀ ਮੌਜੂਦਾ ਸਰਕਾਰ ਹੈ ਉਹ ਤਾਂ ਬਿਲਕੁਲ ਮਤਲਬ ਇੱਕ ਇਸ਼ਤਿਹਾਰਾਂ ਦੀ ਸਰਕਾਰ ਬਣ ਕੇ ਰਹਿ ਗਈ, ਵੀ ਜਿਵੇਂ ਅਖਬਾਰ 'ਚ ਪੜ੍ਹ ਦਿਓ ਵੀ ਰੋਟੀ ਮਿਲ ਗਈ, ਰੋਟੀ ਆ ਗਈ, ਜਦਕਿ ਰੋਟੀ ਤਾਂ ਸਰੀਰ 'ਚ ਬੰਦੇ ਨੂੰ ਮਿਲੂਗੀ ਤਾਂ ਉਹ ਕਾਮਯਾਬ ਹੋਊਗਾ ਨਾ। ਅੱਜ ਕਿਸਾਨ ਮੰਡੀਆਂ 'ਚ ਰੁੜ ਰਿਹਾ ਵਾ, ਮੁਲਾਜ਼ਮ ਟੈਂਕੀਆਂ 'ਤੇ ਚੜ੍ਹੇ ਨੇ, ਲਾਅ ਐਂਡ ਆਰਡਰ ਦੀ ਸਥਿਤੀ ਦਾ ਕੋਈ ਹਾਲਾਤ ਨਹੀਂ। ਹਰ ਕੋਈ ਬੰਦੇ ਦਾ ਮਨ ਡਰਦਾ ਹੈ ਕਿ ਧੀ ਪੁੱਤ ਜਿਹੜਾ ਟਾਈਮ ਨਾਲ ਘਰ ਆ ਜਾਏ, ਕਾਲ ਕੋਈ ਫੋਨ ਡਰਦਾ ਨਹੀਂ ਚੱਕਣ ਡਿਆ ਕਿ ਪਤਾ ਨਹੀਂ ਕਿੰਨੇ ਫੋਨ ਚੱਕਿਆ ਪੈਸੇ ਮੰਗ ਲੈਣੇ ਆ। ਇਹ ਹਾਲਾਤ ਪੰਜਾਬ ਦਾ ਹੋਇਆ ਪਿਆ, ਕਿਉਂਕਿ ਮੁੱਖ ਮੰਤਰੀ ਪੂਰਨ ਤੌਰ 'ਤੇ ਇਸ ਵੇਲੇ ਪੰਜਾਬ ਤੋਂ ਫੇਲ ਹੋ ਚੁੱਕੇ ਨੇ ਔਰ ਉਹਨਾਂ ਦਾ ਜਿਹੜਾ ਧਿਆਨ ਹੈ ਸਿਰਫ ਇਸ਼ਤਿਹਾਰ 'ਚ ਆਪਣੀ ਫੋਟੋ ਵੇਖਣ ਤੱਕ ਸੀਮਤ ਰਹਿ ਗਿਆ। ਅਤੇ ਹਕੀਕਤ ਜਿਹੜੀ ਹੈ ਉਹ ਕੁਛ ਹੋਰ ਬਿਆਨ ਕਰ ਰਹੀ ਹੈ। ਹਕੀਕਤ ਇਹ ਬਿਆਨ ਕਰ ਰਹੀ ਹੈ ਕਿ ਲੋਕਾਂ ਨੇ ਮਨ ਜਿਹੜਾ ਇਸ ਵੇਲੇ ਆ ਇੱਕ ਸਾਫ਼ ਸੁਥਰਾ, ਇੱਕ ਮਿਹਨਤੀ ਜਿਹੜਾ ਸਾਡਾ ਵਰਕਰ ਆ ਕਾਲਾ ਢਿੱਲੋਂ ਉਹਦੇ ਵਾਸਤੇ ਕਾਂਗਰਸ ਪਾਰਟੀ ਨੂੰ ਵੋਟ ਕਰਨ ਲਈ ਬਣਾਇਆ ਹੈ। ਸੋ ਇਹ ਜਿਹੜੀ ਚੀਜ਼ ਹੈ ਲੋਕਾਂ ਦੇ 'ਚ ਦਿਖ ਰਹੀ ਹੈ। ਦੂਸਰੀ ਰਹਿ ਗਈ ਬੀਜੇਪੀ, ਜੋ ਬੀਜੇਪੀ ਨੇ ਹਾਲਾਤ ਕੀਤਾ, ਦੋਨੋਂ ਇੱਕ ਦੂਜੇ ਦੇ ਦੋਸ਼ ਲਾਈ ਜਾ ਰਹੇ ਆ। ਲੋਕ ਤਾਂ ਰੁੜ ਰਹੇ ਨੇ ਨਾ, ਇਹ ਜਿਹੜਾ 44,000 ਕਰੋੜ ਹੈ ਪਿੰਡ 'ਚ ਲੋਕਾਂ 'ਚ ਆਉਣਾ ਸੀ, ਲੋਕਾਂ ਦੇ ਘਰ ਬਾਰ ਚੱਲਣੇ ਸੀ, ਵਿਆਹ ਸ਼ਾਦੀ ਸੀ, ਦੀਵਾਲੀ ਹੈ, ਬੰਦੀ ਛੋੜ ਦਿਵਸ ਨੇ, ਲੋਕਾਂ ਨੇ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ। ਅੱਜ ਰਸਤੇ ਰੁਕੇ ਨੇ ਔਰ ਬੀਜੇਪੀ ਜਿਹੜੀ ਉਹ ਮੂਕ ਦਰਸ਼ਕ ਬਣੀ ਹੈ, ਉਹਦੇ 'ਤੇ ਬਲੇਮ ਲਾਈ ਜਾਂਦੇ, ਉਹਨਾਂ 'ਤੇ ਬਲੇਮ ਲਾਈ ਜਾਂਦੇ। ਸੋ ਲੋਕਾਂ ਨੇ ਮਨ ਬਣਾ ਲਿਆ ਵੀ ਇਹਨਾਂ ਦੀ ਲੜਾਈ ਨਾਲੋਂ ਬੈਟਰ ਹੈ ਕਾਂਗਰਸ ਪਾਰਟੀ, ਕਿਹੋ ਜਿਹੀ ਹੈ ਜਿਸ ਦੇ ਰਾਜ ਵਿੱਚ ਹਰ ਵਰਗ ਸੁਖੀ ਹੁੰਦਾ, ਜਿਸ ਦੇ ਰਾਜ ਕਾਰੋਬਾਰ ਵੀ ਚੱਲਦੇ। ਸਰ, ਕ੍ਰਾਈਮ ਜਿਹੜਾ ਪੰਜਾਬ 'ਚ ਬੜਾ ਵਧੀਆ, ਮੈਂ ਇਹਨਾਂ ਜੀ ਇਸ ਵੇਲੇ ਦੇ ਟੌਪ TC 'ਤੇ ਬਣਿਆ ਪਿਆ। ਇਸ ਵੇਲੇ ਹਰ ਕੋਈ ਬੰਦਾ ਅਸੁਰੱਖਿਅਤ ਮਹਿਸੂਸ ਕਰ ਰਿਹਾ, ਚਾਹੇ ਕੋਈ ਛੋਟਾ ਹੈ, ਚਾਹੇ ਵੱਡਾ ਹੈ, ਚਾਹੇ ਨੋਨ ਪੋਲੀਟੀਕਲ ਚਾਹੇ ਪੋਲੀਟੀਕਲ, ਹਰ ਬੰਦਾ ਅਸੁਰੱਖਿਅਤ ਹੈ। ਔਰ ਇਹ ਪਹਿਲੀ ਵਾਰੀ ਹੋਇਆ ਪੰਜਾਬ 'ਚ 35-40 ਸਾਲ ਬਾਅਦ, ਅੱਤਵਾਦ ਦੇ ਸਮੇਂ ਤੋਂ ਬਾਅਦ ਪਹਿਲੀ ਵਾਰੀ ਹੋਇਆ, ਨਹੀਂ ਤਾਂ ਪਹਿਲਾਂ ਇਹੋ ਜਿਹੀ ਕਦੀ ਹੋਈ ਨੌਬਤ ਆਈ ਨਹੀਂ। ਉਹ ਵੀ ਇੱਕ ਕਾਰਨ ਹੈ ਕਿ ਮੁੱਖ ਮੰਤਰੀ ਵੀਕ ਹੈ, ਕਮਜ਼ੋਰ ਹੈ, ਉਹ ਕੁਛ ਕਰ ਨਹੀਂ ਪਾ ਰਿਹਾ, ਉਹ ਮਤਲਬ ਸ਼ਰੇਆਮ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕ ਨਹੀਂ ਪਾ ਰਿਹਾ। ਬਿਲਕੁਲ ਜੀ, ਅਸੀਂ ਪੂਰਨ ਤੌਰ 'ਤੇ ਚਾਰੇ ਸੀਟਾਂ 'ਤੇ ਸਾਡੀ ਕਾਂਗਰਸ ਦੀ ਲੀਡਰਸ਼ਿਪ ਉਤਰੀ ਹੈ ਔਰ ਬਰਨਾਲੇ ਵੀ ਅਸੀਂ ਵੀ ਚੇਚੇ ਤੌਰ 'ਤੇ ਇੱਥੇ ਵੀ ਪਹੁੰਚੇ ਹਾਂ, ਕੱਲ੍ਹ ਗਿੱਦੜਵਾ ਸੀ ਅਸੀਂ ਔਰ ਨਿਰੰਤਰ ਇਸੇ ਤਰ੍ਹਾਂ ਹੁਸ਼ਿਆਰਪੁਰ ਔਰ ਜਿਹੜੇ ਡੇਰਾ ਬਾਬਾ ਨਾਨਕ, ਇਹ ਸਾਰੀਆਂ ਸੀਟਾਂ 'ਤੇ ਸਾਡੀ ਟੌਪ ਲੀਡਰਸ਼ਿਪ ਜਿਹੜੀ ਹੈ ਇਹ ਲੋਕਾਂ ਦੀ ਲੜਾਈ ਲੜੂਗੀ, ਕਿਉਂਕਿ ਇਸ ਵੇਲੇ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ, ਲੋਕਾਂ ਦੇ ਹੱਕਾਂ ਨੂੰ ਬਚਾਉਣ ਦੀ ਲੋੜ ਹੈ, ਲੋਕਾਂ ਦੇ ਜਿਹੜੇ ਮਨ ਦੇ ਵਿੱਚ ਸਵਾਲ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਕਾਂਗਰਸ ਪਾਰਟੀ ਨੂੰ ਅੱਗੇ ਆਉਣ ਦੀ ਲੋੜ ਹੈ। ਔਰ ਖੁਸ਼ੀ ਇਸ ਗੱਲ ਦੀ ਹੈ ਕਿ ਲੋਕਾਂ ਨੇ ਵੀ ਮਨ ਬਣਾਇਆ, ਅਕਾਲੀ ਦਲ ਆਪਣੇ ਆਪ ਛੱਡ ਗਿਆ, ਕਿਉਂਕਿ ਉਹਨਾਂ ਨੇ ਜੋ ਧਰੋਹ ਕੀਤਾ ਸੀ, ਪਰਮਾਤਮਾ ਕਈ ਵਾਰ ਕਿਉਂਕਿ ਬਹੁਤ ਵੱਡਾ ਬੰਦਾ ਹੋਵੇ ਉਹਨੂੰ ਆਪਾਂ ਕੁਛ ਕਹਿ ਨਹੀਂ ਸਕਦੇ, ਪਰ ਉਹਦੇ ਕੋਈ ਆਪਣੇ ਇਹੋ ਜਿਹੇ ਕਾਰਜ ਕੰਮ ਕਰਾ ਦਿੰਦਾ, ਉਹ ਆਪ ਹੀ ਬਾਈਕਾਟ ਕਰ ਗਏ। ਔਰ ਰਹਿ ਗਏ ਨੇ ਆਮ ਆਦਮੀ ਪਾਰਟੀ, ਤੁਸੀਂ ਇੱਥੇ ਜੇ ਇੱਥੋਂ ਦੀ ਗੱਲ ਕਰ ਲਓ ਤਾਂ ਇੱਥੇ ਵੀ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਨੇ, ਅੱਜ ਜਿੰਨੀਆਂ ਵੀ ਕਾਰਪੋਰੇਸ਼ਨ ਨੇ ਜਾਂ ਕਮੇਟੀਆਂ ਨੇ ABC ਕੈਟਾਗਰੀ ਸਾਰੀਆਂ ਦੇ ਵਿੱਚ ਕੋਈ ਇਲੈਕਸ਼ਨ ਨਹੀਂ ਹੋਈ। ਜਦੋਂ ਇਲੈਕਸ਼ਨ ਹੀ ਨਹੀਂ ਹੋਊ ਕੰਮ ਕਿੱਦਾਂ ਹੋਣਗੇ? ਆ ਸ਼ਹਿਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਵੇਖ ਲਓ, ਸਾਰੇ ਰੋਲ ਪਲਿਆ ਪਿਆ, ਸੀਵਰੇਜ ਬੰਦ, ਸੜਕਾਂ ਟੁੱਟੀਆਂ, ਪਾਣੀ ਆ ਨਹੀਂ ਰਿਹਾ। ਤੁਸੀਂ ਇਹਨਾਂ ਬਰਨਾਲੇ ਦੀ ਹਾਲਾਤ ਵੇਖ ਲਓ, ਕਿੰਨੇ ਦੇਣਾ ਸੀ? 2 ਸਾਲ ਤੋਂ ਜਿਹੜੀ ਸਰਕਾਰ ਚੋਣਾਂ ਤੋਂ ਭੱਜੀ, ਅਤੇ ਚੋਣਾਂ ਕੌਣ ਕਰਵਾ ਰਿਹਾ? ਹਾਈਕੋਰਟ ਦੇ ਦੇਸ਼ ਨਾਲ ਸਰਪੰਚੀ ਦੀ ਚੋਣ ਹੋਈ ਨਹੀਂ ਤਾਂ ਉਹ ਵੀ ਨਾ ਕਰਾਉਂਦੇ। ਔਰ ਸਰਪੰਚੀ ਦੀ ਚੋਣ 'ਚ ਕਰੀਬ 60-70% ਵੋਟ ਜਿਹੜੇ ਸਰਪੰਚ ਨੇ ਕਾਂਗਰਸ ਪਾਰਟੀ ਦੇ ਬਣੇ। ਔਰ ਇਹੀ ਹਾਲਾਤ ਹੁਣ ਕਾਰਪੋਰੇਸ਼ਨ 'ਚ ਹੋਣ ਵਾਲਾ ਹੈ। ਜਦੋਂ ਹੁਣ ਵੇਖੋ, ਉਹ ਵੀ ਵੇਖੋ ਮਾੜੀ ਕਿਸਮਤ ਕੀ ਹੈ ਕਿ ਸਟੇਟ ਜਿਹੜੀ ਹੈ ਉਹ ਚੋਣਾਂ ਨਹੀਂ ਕਰਾ ਸਕਦੀ, ਭੱਜਦੀ ਹੈ, ਡਰਦੀ ਹੈ, ਕਿਉਂਕਿ ਲੋਕਾਂ ਦੇ ਹੁਣ ਤੁਸੀਂ ਜਿਹੜਾ ਜੋ ਕੀਤਾ ਲੋਕਾਂ ਦੇ ਨਾਲ, ਲੋਕਾਂ ਨੇ ਤੁਹਾਨੂੰ ਉਹਦਾ ਜਵਾਬ, ਕਿਉਂਕਿ ਸਭ ਤੋਂ ਇੱਕ ਸਾਡੇ ਕੋਲ ਲੋਕਤੰਤਰ ਤਰੀਕਾ ਹੁੰਦਾ ਕਿ ਅਸੀਂ ਵੋਟ ਪਾ ਕੇ ਜਵਾਬ ਦਿੰਦੇ। ਸੋ ਇਹਦਾ ਜਵਾਬ ਲੋਕਾਂ ਨੇ ਦੇਣਾ, ਮੈਨੂੰ ਆਸ ਹੈ ਬਰਨਾਲੇ ਦੇ ਲੋਕਾਂ ਦੇ ਉੱਤੇ ਕਿ ਪੂਰਨ ਤੌਰ 'ਤੇ ਕਾਲਾ ਢਿੱਲੋਂ ਜੀ ਦੇ ਹੱਕ ਦੇ ਵਿੱਚ ਵੋਟਾਂ ਭੁਗਤਾ ਕੇ ਇਹਨਾਂ ਨੂੰ ਕਾਮਯਾਬ ਕਰਨਗੇ। ਔਰ ਅਸੀਂ ਵਾਅਦਾ ਕਰਦੇ ਹਾਂ ਕਿ ਕਾਂਗਰਸ ਪਾਰਟੀ ਜਿਸ ਤਰੀਕੇ ਨਾਲ ਅੱਗੇ ਮੋਢੇ ਨਾਲ ਮੋਢਾ ਜੋੜ ਕੇ ਲੋਕ ਮੁੱਦੇ ਉਠਾਉਂਦੀ ਵੀ ਆ, ਹੱਲ ਵੀ ਕਰਦੀ, ਉਸੇ ਤਰੀਕੇ ਨਾਲ ਲੋਕਾਂ ਦੇ ਨਾਲ ਹੱਲ ਵੀ ਕਰੇਗੀ ਔਰ ਜੋੜੇਗੀ ਵੀ। ਔਰ ਤੁਸੀਂ ਦੇਖੋ LOP ਸਾਡੇ ਪ੍ਰਤਾਪ ਸਿੰਘ ਬਾਜਵਾ, ਸਾਡੇ ਪ੍ਰਧਾਨ ਰਾਜਾ ਵੜਿੰਗ ਜੀ, ਨਿਰੰਤਰ ਕੋਈ ਪਾਰਟੀ ਦਾ ਬੰਦਾ ਦੱਸ ਦਊਗਾ ਇਹੋ ਜਿਹੀ ਏਡੀ ਵੱਡੀ ਕੋਈ ਆਵਾਜ਼ ਬੁਲੰਦ ਕਰ ਰਿਹਾ ਹੋਵੇ, ਇਹਨਾਂ ਦੋਵਾਂ ਤੋਂ ਇਲਾਵਾ ਕੋਈ ਦੱਸੂਗੇ? ਕਿਸੇ ਪਾਰਟੀ ਦਾ ਕੋਈ ਪ੍ਰਧਾਨ ਦੱਸ ਦਿਉ, ਕੋਈ ਹੋਰ ਬੰਦਾ ਦੱਸ ਦਿਉ, ਸਵਾਏ ਬਿਆਨ ਦੇਣ ਤੋਂ ਕੁਛ ਨਹੀਂ ਹੁੰਦਾ। ਇਹ ਧਰਨੇ ਦੀ ਥਾਂ ਧਰਨੇ ਦੇ ਰਹੇ ਨੇ, ਜਿੱਥੇ ਕੋਈ ਧੱਕਾ ਹੁੰਦਾ ਉੱਥੇ ਪਹੁੰਚਦੇ ਨੇ। ਹੁਣ ਬਾਜਵਾ ਸਾਹਿਬ ਨਿਰੰਤਰ ਮੰਡੀਆਂ 'ਚ ਸੀ। ਸੋ ਇਹੋ ਜਿਹੀ ਜਦੋਂ ਲੀਡਰਸ਼ਿਪ, ਜਦੋਂ ਪਾਰਟੀ ਇੱਕ ਆਵਾਜ਼ ਉਠਾ ਰਹੀ ਹੈ ਤਾਂ ਮੇਰਾ ਮੰਨਣਾ ਹੈ ਕਿ ਲੋਕ ਵੀ ਉਹਦੇ ਹੱਕ 'ਚ ਜਾਣਗੇ। ਸਾਨੂੰ ਆਸ ਹੈ ਕਿ ਬਰਨਾਲੇ 'ਤੇ ਇਹ ਕਾਲਾ ਢਿੱਲੋਂ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ। ਅਸੀਂ ਬੇਨਤੀ ਵੀ ਕਰਦੇ ਹਾਂ ਕਿ ਇਹਨਾਂ ਦੇ ਹੱਕ 'ਚ ਵੋਟਾਂ ਜ਼ਰੂਰ ਪਾਏ। ਭਾਜੀ, ਅਰਲੀ ਡੇਜ਼ ਨੇ, ਤੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਰਨਾਲੇ ਜ਼ਿਲ੍ਹੇ ਦੇ ਅਤੇ ਵਿਸ਼ੇਸ਼ ਤੌਰ ਬਰਨਾਲੇ ਅਸੈਂਬਲੀ ਹਲਕੇ ਦੇ ਵਰਕਰਸ ਦੀ
किसदा कुलदीप सिंह ढिल्लों जिन्हां नूं असीं काला ढिल्लों कहिंदे आ कि एक वर्कर नूं मौका दित्ता जाए। इस तों पहले बहुत दफा सारी ही पार्टियां ने कैंडीडेट ज़्यादा बाहरों लियांदे रहे ने, अमीर तरीन बंदे आते रहे ने, इलेक्शन लड़ जाते तो वापस चले जाते रहे। उन्हां दी पहली मंग ये सी कि साडे कैंडीडेट उदों जिहड़ा पक्के तौर साडे च रहे। सो असी पार्टी वालों सा कुलदीप सिंह ढिल्लों नूं अपने वर्करस की सिफारिश उत्ते एज ए कैंडीडेट लैके आता। दूसरी गल यह है कि हालात पंजाब दे विच मेरी अपील है समुचे पंजाबियों नूं कि 2.5 साल की सरकार हो चुकी है। भगवंत मान ने कल ही बयान दिता कि मैं प्रधानगी छड़ना चाहना क्योंकि 2.5 साल च मेरे को चीफ मिनिस्ट्री वाल ध्यान नहीं दिता गया। तो मैं अज ही बयान दिता सी कि हुण प्रधानगी छड़न का नहीं, हुण मुख्यमंत्रीशिप छड़न का वक्त आ गया। किसी बंदे की समुचे पंजाब च जिंदगी महफूज नहीं, किसी का कारोबार महफूज नहीं। इत्थे सरकार इहदी ते चल ही नहीं रही भगवंत की, इत्थे सरकार ते चल रही गैंगस्टर्स की। हर पंजवें घर नूं फरौतियां दीआं चिट्ठियां आईआं ने। अज तो चंद दिन पहले आ, मेरा ख्याल 2-4 दिन ही होए ने, कल ही किसी को 5 करोड़ की अमानसे दे विच ही फरौती दी उहनां दे पंप दे उत्ते ब्लास्ट होया, नाल ही उस को पैसे मंगे गए ने। ते जो हालात इस टाइम किसानां नाल होया, खेत मजदूरां नाल होया, साडे आढ़तियां नाल होया, साडे शैलर वालां नाल होया, भाजपा ने ते आप ने रल के पंजाब नूं मारिया। सो मेरी हाथ जोड़ के जिहड़ी सारे ही समुचे पंजाबियों नूं अपील है, विशेष तौर बरनाले वालियां नूं कि आ जिहड़ी ये पार्टी है आम आदमी पार्टी, इहदा जन्म भी इसे ज़िले तो ही होया, संगरूर ते बरनाले च होया, इहदियां जड़ां भी हुण इत्थों खेड़नियां चाहीदियां। ਬਾਜਵਾ ਸਾਹਿਬ, ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਪੂਰਾ ਹੜ ਆਇਆ ਹੋਇਆ ਉਹਦੇ ਬਾਰੇ ਦੇਖੋ, ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਬਣਾਓ, 4 ਹਫ਼ਤਿਆਂ 'ਚ ਮੈਂ ਨਸ਼ਾ ਖਤਮ ਕਰ ਦੂੰ। ਬਟ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਸ ਨੂੰ ਉਹਨੇ ਮੁੱਖ ਮੰਤਰੀ ਬਣਾਇਆ ਉਹਦਾ ਨਸ਼ਾ ਨਹੀਂ ਛਡਾ ਸਕਿਆ, ਇਹਨੇ ਪੰਜਾਬ ਦੇ ਹੋਰ ਕਿਹਦਾ ਨਸ਼ਾ ਛਡਾਉਣਾ ਸੀ। ਉਹ ਵੀ 24 ਘੰਟੇ ਟੁੰਨ ਹੁੰਦਾ, ਸਿਰ ਸੁੱਟ ਦਿੰਦਾ 2 ਵਜੇ ਤੋਂ ਬਾਅਦ, ਤਾਂ ਪੰਜਾਬ ਦਾ ਸਿਰ ਉੱਤੇ ਕਿਸ ਤਰ੍ਹਾਂ ਰਹਿ ਸਕਦਾ? ਜੇ ਸੂਬੇ ਦਾ ਮੁੱਖ ਮੰਤਰੀ 2 ਵਜੇ ਤੋਂ ਬਾਅਦ ਧੌਣ 'ਤੇ ਸਿਰ ਲਟਕਾ ਦੇ, ਉਸ ਸੂਬੇ ਦੀ ਜਿਹੜੀ ਹਾਲਾਤ ਨੇ, ਆਰਥਿਕ ਹਾਲਾਤ ਕੀ ਹੋਣਗੇ? ਸੋ ਸਾਡੇ ਵੀ ਜਿਹੜੀ ਆਰਥਿਕ ਸਾਡੇ ਪੰਜਾਬ ਦੇ ਹਾਲਾਤ ਨੇ, ਉਹ ਮੁੱਖ ਮੰਤਰੀ ਦੀ ਗਰਦਨ 'ਤੇ ਇਹਦੇ ਸਿਰ ਵੱਲ ਚੱਲਦੇ ਨੇ। 2 ਵਜੇ ਸਿਰ ਸੁੱਟ ਦਿੰਦਾ, 2 ਵਜੇ ਸਾਡੇ ਸਾਰੇ ਲੋਕ ਦੁਕਾਨਾਂ ਬੰਦ ਕਰਕੇ ਘਰਾਂ 'ਚ ਚਲੇ ਜਾਂਦੇ ਨੇ। ਸੋ ਆਹ ਟਾਈਮ ਹੈ ਚੇਂਜ ਕਰਨ ਦਾ, ਇਹ ਟਾਈਮ ਹੈ ਭਗਵੰਤ ਨੂੰ ਕੱਢਣ ਦਾ, ਇਹ ਟਾਈਮ ਹੈ ਕੇਜਰੀਵਾਲ ਦੇ ਝੂਠੇ ਵਾਅਦਿਆਂ ਨੂੰ ਇੱਕੋ ਦਮ ਲਤਾੜਨ ਦਾ। ਤੋ ਮੈਂ ਅਪੀਲ ਕਰੂੰਗਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਰੇ ਨੁਮਾਇੰਦੇ, ਚਾਰੋਂ ਦੇ ਚਾਰੋਂ, ਭਾਵੇਂ ਗਿੱਦੜਪਾ ਤੋਂ ਹੋਣ, ਭਾਵੇਂ ਬਰਨਾਲੇ ਤੋਂ ਹੋਣ, ਭਾਵੇਂ ਡੇਰਾ ਬਾਬਾ ਨਾਨਕ ਤੋਂ ਜਾਂ ਚੰਬੇਵਾਲ ਤੋਂ, ਹੁਣ ਮੌਕਾ ਹੈ, ਆਓ ਚੇਂਜ ਲੈ ਕੇ ਆਈਏ, ਪੰਜਾਬ ਨੂੰ ਇੱਕ ਵੱਡੀ ਰਾਹਤ ਦੇ ਸਕੀਏ। ਥੈਂਕ ਯੂ ਭਾਜੀ। ਦੇਖਣ ਨੂੰ ਮਿਲਦੇ ਲੋਕਲ ਲੈਵਲ 'ਤੇ ਕਿ ਅੱਡ ਅੱਡ ਕੁਝ ਬੰਦੇ ਨਹੀਂ ਚੱਲਦੇ ਇਸ ਤਰ੍ਹਾਂ, ਇਹ ਸਾਰਾ ਕੁਝ ਸ਼ੁਰੂ 'ਚ ਐਂ ਹੀ ਹੁੰਦਾ ਹੁੰਦਾ, ਇਹ ਕੋਈ ਪਹਿਲੀ ਗੱਲ ਨਹੀਂ ਹੈ। ਹਮੇਸ਼ਾ ਜਦੋਂ ਤੁਹਾਨੂੰ ਪਤਾ ਗੱਡੀ ਚੱਲਦੀ ਹੈ, ਬਹੁਤ ਸਾਰੀਆਂ ਸਵਾਰੀਆਂ ਹੌਲੀ ਹੌਲੀ ਪਲੈਟਫਾਰਮ 'ਤੇ ਭੱਜ ਭੱਜ ਕੇ ਚੜ੍ਹਦੀਆਂ ਰਹਿੰਦੀਆਂ, ਜੇ ਪੂਰੀ ਰਫ਼ਤਾਰ 'ਤੇ ਫੜ ਲੈਣ ਦਿਓ ਗੱਡੀ ਨੂੰ, ਉਹ ਤਾਂ ਸਾਰੀਆਂ ਸਵਾਰੀਆਂ ਟ੍ਰੇਨ 'ਤੇ ਚੜ੍ਹ ਗਈਆਂ ਹੋਣਗੀਆਂ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।